ਸਾਡੇ ਕੋਲ ਜਿੰਨੇ ਵੀ ਯੰਗਸਟਰ ਆਉਂਦੇ ਹਨ ਉਹਦੀ ਪਹਿਲੀ ਪ੍ਰੋਬਲਮ ਹੁੰਦੀ ਹੈ ਕਿ ਜੀ ਮੈਨੂੰ ਨਾਈਟਫਾਲ ਹੁੰਦਾ ਜੀ, ਸਵਪਨ ਦੋਸ਼ ਹੁੰਦਾ ਹੈ। ਔਰ 80% ਮਰੀਜ਼ ਜਿਹੜੇ ਮੇਰੇ ਕੋਲ ਆਉਂਦੇ ਹਨ ਉਹ ਆਲਰੇਡੀ ਇਹਦੀਆਂ ਦਵਾਈਆਂ ਖਾਂਦੇ ਹੁੰਦੇ ਹਨ। ਮੈਂ ਮਰੀਜ਼ ਨੂੰ ਆ ਕੇ ਇੱਕੋ ਗੱਲ ਹੀ ਕਹਿੰਦਾ, ਜਿਹੜੀ ਚੀਜ਼ ਨੋਰਮਲ ਹੈ ਉਹ ਦਵਾਈ ਕਿਉਂ ਖਾਣੀ ਹੈ। ਨਾਈਟਫਾਲ ਕੋਈ ਵੀ ਬਿਮਾਰੀ ਨਹੀਂ ਹੈ, ਇਹ ਇੱਕ ਨੋਰਮਲ ਚੀਜ਼ ਹੈ, ਹਰ ਮਰਦ 'ਚ ਹੁੰਦੀ ਹੈ, ਵਿਆਹ ਤੋਂ ਆਪਣੇ ਆਪ ਠੀਕ ਹੋ ਜਾਂਦੀ ਹੈ, ਇਹਦੀ ਦਵਾਈ ਨਾ ਖਾਓ। ਇਹ ਹੁੰਦਾ ਕਿਉਂ ਹੈ? ਸਾਡੇ ਟੈਸਟਿਸ ਸਪੌਂਜ ਬਣਾ ਰਹੀਆਂ ਹਨ, ਉਹ ਸਾਈਕਲ 'ਚ ਜਾ ਕੇ ਇਕੱਠੇ ਹੋ ਰਹੇ ਹਨ, ਜਦੋਂ ਉਹ ਫੁੱਲ ਹੋ ਜਾਂਦੇ ਹਨ ਉਹ ਸਾਡੇ ਸੁਪਨੇ 'ਚ ਕੋਈ ਨਾ ਕੋਈ ਅਸੀਂ ਅਰੋਟਿਕ ਸੁਪਨਾ ਦੇਖਦੇ ਹਾਂ, ਅਡਲਟ ਸੁਪਨਾ ਦੇਖਦੇ ਹਾਂ, ਅਤੇ ਉਹ ਡਿਸਚਾਰਜ ਹੋ ਜਾਂਦਾ ਹੈ। ਇਹ ਇੱਕ ਉਹੀ ਸਿਸਟਮ ਹੈ ਜਿੱਦਾਂ ਇੱਕ ਪ੍ਰੈਸ਼ਰ ਕੁੱਕਰ ਹੈ, ਜਦੋਂ ਜੇ ਸਟੀਮ ਵੱਧ ਗਈ ਉਹਨੇ ਸੀਟੀ ਵੱਜਦੀ ਸਟੀਮ ਦੀ, ਜੇ ਨਾ ਵੱਜੇ ਤਾਂ ਕੁੱਕਰ ਫਟ ਜਾਂਦਾ ਹੈ। ਸੋ ਇਸੇ ਤਰੀਕੇ ਨਾਲ ਹੀ ਨਾਈਟਫਾਲ ਇੱਕ ਬੰਦੇ ਦੇ ਇਕੱਠੇ ਹੋਏ ਸਪੌਮਸ ਨੂੰ ਰਿਲੀਜ਼ ਕਰਨ ਦਾ ਤਰੀਕਾ ਹੈ, ਉਹਨੂੰ ਰਿਲੀਜ਼ ਹੋ ਲੈਣ ਦਿਓ। ਇਹਦੇ ਨਾਲ ਕੋਈ ਵੀ ਕਮਜ਼ੋਰੀ ਨਹੀਂ ਆਉਂਦੀ ਹੈ। ਆਮ ਤੌਰ 'ਤੇ ਬਹੁਤ ਪੁਰਾਣੇ ਲੋਕ ਇਹ ਕਹਿੰਦੇ ਨੇ ਆ ਕੇ, ਜੀ ਇੱਕ ਤੁਪਕਾ ਵੀਰਜ ਦਾ 100 ਰੁਪਏ ਖੂਨ ਤੋਂ ਬਣਦਾ ਹੈ। ਇਹ ਗੱਲ ਬਿਲਕੁਲ ਗਲਤ ਹੈ। ਵੀਰਜ ਦੇ ਡਿਸਚਾਰਜ ਹੋਣ ਨਾਲ, ਹੈਂਡ ਪ੍ਰੈਕਟਿਸ ਨਾਲ ਜਾਂ ਸਵਪਨ ਦੋਸ਼ ਨਾਲ ਕੋਈ ਵੀ ਕਮਜ਼ੋਰੀ ਨਹੀਂ ਆਉਂਦੀ ਹੈ। ਤੁਸੀਂ ਇਹਦਾ ਇਲਾਜ ਕਰਾਉਣ ਦੀ ਕੋਸ਼ਿਸ਼ ਬਿਲਕੁਲ ਵੀ ਨਾ ਕਰੋ।